ਮੈਨੂੰ ਤਾਂ ਕੋਈ ਬਹੁਤਾ ਪਤਾ ਨਹੀਂ ਹੈ, ਕੋਈ ਮੁੰਡੇ ਦੱਸਦੇ ਆ ਵੀ ਫੋਨ ਆਇਆ ਕਿ ਸਾਨੂੰ ਵਾਪਸ ਬੁਲਾਇਆ, ਅਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਗੀ। ਬਾਕੀ ਜਿਹੜੇ ਅੱਧੀ ਜਿਹੜੀ ਸੀਗੀ ਕੁਛ ਮੁੰਡੇ ਸੀਗੇ, ਉਹ ਅਕਾਲ ਤਖਤ ਸਾਹਿਬ ਵੱਲੋਂ ਮੈਂ ਸੈਕਟਰੀ ਨੂੰ ਕਹਿ ਤਾ ਕਿ ਸਰਕਾਰ ਨਾਲ ਗੱਲ ਕਰਕੇ ਇਹ ਜਿਹੜੇ ਹੈਗੇ ਆ ਇਹ ਵੀ ਵਾਪਸ ਜਿਹੜੇ ਆ ਉਹ ਲੈ ਜਾਣ, ਕਿਉਂਕਿ ਸਾਨੂੰ ਕਿਸੇ ਸਿਕਿਉਰਿਟੀ ਦੀ, ਖਾਸ ਤੌਰ 'ਤੇ ਪੰਜਾਬ ਸਰਕਾਰ ਦੀ ਸਿਕਿਉਰਿਟੀ ਦੀ ਜਿਹੜੀ ਹੈ ਲੋੜ ਨਹੀਂ ਹੈ। ਪੰਜਾਬੀ ਦੀ ਇੱਕ ਕਹਾਵਤ ਹੈ ਕਿ ਭਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦਾ ਜ਼ਬ ਛੁੱਟੀ। ਖਾਲਸਾ ਪੰਥ, ਸਾਡੇ ਸਿੱਖ ਨੌਜਵਾਨ ਸਿਕਿਉਰਿਟੀ ਕਰਨ ਲਈ ਕਾਫੀ ਹੈ, ਪੰਜਾਬ ਸਰਕਾਰ ਦੀ ਕੋਈ ਸਿਕਿਉਰਿਟੀ ਦੀ ਲੋੜ ਨਹੀਂ। ਜਿਹੜੀ ਬਾਕੀ ਹੈਗੀ ਉਹ ਅਸੀਂ ਖੁਦ ਵਾਪਸ ਕਰ ਰਹੇ ਹਾਂ। ਕਿੰਨੇ ਬੰਦੇ ਤੁਹਾਡੇ ਕੋਲ, ਕਿੰਨੇ ਕੁ ਲੱਗੇ ਤੁਹਾਡੇ ਕੋਲ? ਮੇਰੇ ਕੋਲ 5-6 ਬੰਦੇ ਸੀ, ਜਿਹਦੇ 'ਚੋਂ ਅੱਧੇ ਵਾਪਸ ਲੈ ਲਏ, ਅੱਧੇ ਅਸੀਂ ਖੁਦ ਵਾਪਸ ਕਰ ਰਹੇ ਹਾਂ। ਮੈਨੂੰ ਤਾਂ ਕੋਈ ਬਹੁਤਾ ਪਤਾ ਨਹੀਂ ਹੈ, ਕੋਈ ਮੁੰਡੇ ਦੱਸਦੇ ਆ ਵੀ ਫੋਨ ਆਇਆ ਕਿ ਸਾਨੂੰ ਵਾਪਸ ਬੁਲਾਇਆ, ਅਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਗੀ। ਬਾਕੀ ਜਿਹੜੇ ਅੱਧੀ ਜਿਹੜੀ ਸੀਗੀ ਕੁਛ ਮੁੰਡੇ ਸੀਗੇ, ਉਹ ਅਕਾਲ ਤਖਤ ਸਾਹਿਬ ਵੱਲੋਂ ਮੈਂ ਸੈਕਟਰੀ ਨੂੰ ਕਹਿ ਤਾ ਕਿ ਸਰਕਾਰ ਨਾਲ ਗੱਲ ਕਰਕੇ ਇਹ ਜਿਹੜੇ ਹੈਗੇ ਆ ਇਹ ਵੀ ਵਾਪਸ ਜਿਹੜੇ ਆ ਉਹ ਲੈ ਜਾਣ, ਕਿਉਂਕਿ ਸਾਨੂੰ ਕਿਸੇ ਸਿਕਿਉਰਿਟੀ ਦੀ, ਖਾਸ ਤੌਰ 'ਤੇ ਪੰਜਾਬ ਸਰਕਾਰ ਦੀ ਸਿਕਿਉਰਿਟੀ ਦੀ ਜਿਹੜੀ ਹੈ ਲੋੜ ਨਹੀਂ ਹੈ। ਪੰਜਾਬੀ ਦੀ ਇੱਕ ਕਹਾਵਤ ਹੈ ਕਿ ਭਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦਾ ਜ਼ਬ ਛੁੱਟੀ। ਖਾਲਸਾ ਪੰਥ, ਸਾਡੇ ਸਿੱਖ ਨੌਜਵਾਨ ਸਿਕਿਉਰਿਟੀ ਕਰਨ ਲਈ ਕਾਫੀ ਹੈ, ਪੰਜਾਬ ਸਰਕਾਰ ਦੀ ਕੋਈ ਸਿਕਿਉਰਿਟੀ ਦੀ ਲੋੜ ਨਹੀਂ। ਜਿਹੜੀ ਬਾਕੀ ਹੈਗੀ ਉਹ ਅਸੀਂ ਖੁਦ ਵਾਪਸ ਕਰ ਰਹੇ ਹਾਂ। ਕਿੰਨੇ ਬੰਦੇ ਤੁਹਾਡੇ ਕੋਲ, ਕਿੰਨੇ ਕੁ ਲੱਗੇ? ਮੇਰੇ ਕੋਲ 5-6 ਬੰਦੇ ਸੀ, ਜਿਹਦੇ 'ਚੋਂ ਅੱਧੇ ਵਾਪਸ ਲੈ ਲਏ, ਅੱਧੇ ਅਸੀਂ ਖੁਦ ਵਾਪਸ ਕਰ ਰਹੇ ਹਾਂ।